ਹਾਂ ਜੀ ਲਓ ਜੀ ਬਾਲ ਬੂਲ ਠੀਕ ਕਰਾ ਕੇ ਆ ਕੇ ਤੇ ਯਾਰ ਉਹਨੇ ਫਿਰ ਤਿਆਰ ਹੋਣ ਲੱਗਿਆ ਤੀਜੀ ਆਊਟਫਿਟ ਹੋ ਗਈ ਸਵੇਰ ਦੀ ਓ ਹੋ ਕੁੜਤੇ ਵੀ ਐਵੇਂ ਕੁੜਤੇ ਵੀ ਐਵੇਂ ਠੰਡ ਬਹੁਤ ਲੱਗੀ ਪਰ ਮੈਨੂੰ ਅੱਜ ਮਤਲਬ ਠੰਡ ਲੱਗ ਗਈ ਇੱਕ ਤਰ੍ਹਾਂ ਬਿਮਾਰ ਹੋਇਆ ਸੋ ਚਲੋ ਬਾਕੀ ਦੇਖਦੇ ਹਾਂ ਕੀ ਬਣਦਾ ਹੁਣ ਰੈਸਟ ਵੀ ਹੈ ਅਤੇ ਉੱਪਰ ਇੱਧਰ ਮੇਰੇ ਸਾਰੇ ਕੱਪੜੇ ਟੰਗੇ ਹੋਏ ਉੱਪਰੋਂ ਕੱਢ ਕੇ ਹੁਣ ਇਹਦੇ ਫਿਰ ਉਹ ਬਾਸਕਿਟ ਜੀ ਪਾਉਣੀ ਹੈ ਅੱਗੇ ਮੈਨੂੰ ਸਾਰੇ ਕਹੀ ਜਾਂਦੇ ਕਹਿੰਦੇ ਚੇਂਜ ਇੰਨੀਆਂ ਬਾਸਕਿਟਾਂ ਇਹਨੂੰ ਕਹਿੰਦੇ ਨਹਿਰੂ ਜੈਕਟ ਉਹ ਵਾਲੀ ਚਲੋ ਲਓ ਤਾਂ ਆਹ ਸੀਗੀ ਆਪਣੀ ਇੱਕ ਹੋਰ ਜੈਕਟ ਅਤੇ ਮੈਂ ਰੈਡੀ ਸਟੈਡੀ ਹਾਂ ਹੁਣ ਫਿਰ ਬਾਹਰ ਮਹਿਫਲ ਲੱਗੀ ਉਹ ਕਾਫੀ ਜਣੇ ਆਇਓ ਆ ਅਤੇ ਕਾਫੀ ਜਣੇ ਆਉਣਾ ਹਜੇ ਅਤੇ ਬਾਕੀ ਸਾਰਿਆਂ ਨੇ ਰੈਡੀ ਹੁੰਦੇ ਉਹਦੇ ਚੂੜਾ ਹੀ ਨਹੀਂ ਪਾਤਾ ਮੇਰੇ ਪਿੱਛੇ ਪਿੱਛਿਓਂ ਕਿਉਂਕਿ ਮੈਂ ਉਦੋਂ ਹੀ ਗਿਆ ਸੀਗਾ ਸਾਰਾ ਜਦੋਂ ਕੰਮ ਹੋ ਗਏ ਸੀ ਮਾਈਆਂ ਦਾ ਅਤੇ ਹੁਣ ਉਸ ਤੋਂ ਬਾਅਦ ਵਿੱਚ ਹੁਣ ਬਸ ਜਾਗੋ ਕੱਢਣੀ ਆਪਾਂ ਜਾਗੋ ਬਸ ਰੈਡੀ ਆ ਇੱਧਰ ਮੰਮੀ ਕਰਦੀ ਜਾਗੋ ਦੀ ਤਿਆਰੀ ਵਾਹ ਵੀ ਵਾਹ ਕਿੱਦਾਂ ਤਿਆਰੀ ਜਾਗੋ ਦੀ ਲੇਟ ਨਹੀਂ ਤੁਸੀਂ ਲੇਟ ਨਹੀਂ ਚੱਲ ਕੋਈ ਚੱਕਰ ਇੱਧਰ ਲੇਡੀਜ਼ ਵੂਮੈਨ ਸਾਰੀਆਂ ਤਿਆਰ ਹੋਣੀਆਂ ਪਈਆਂ ਅਤੇ ਹੁਣ ਬਸ ਇੱਧਰ ਵੀ ਮਹਿਫਲ ਲੱਗੀ ਹੋ ਪੂਰੀ ਅਤੇ ਬਾਹਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਚਾਹ ਪਿਆ ਆ ਹੋਰ ਸ਼ਾਹ ਜੀ ਹੈ ਇੱਧਰ ਵੀ ਪੂਰੀ ਓਕੇ ਰਿਪੋਰਟ ਤੈਨੂੰ ਕਦੇ ਬਣਾ ਪਿਆਰਾ ਸੇ
ترجمة
ਕਿਨਾ ਬੜਾ ਜਨ ਸਾਰਿਆਂ ਨੂੰ ਪੜ ਪੜ ਕਹਿੰਦਾ ਗਾਦਾ ਡਿੱਗ ਆ ਗਿਆ ਮੁੰਡਾ ਨਾ ਫੜ ਲਾ ਮੈਂ ਨਿਕਲ ਕੇ ਦੇਖਿਆ
We'll be right back.
ਸਾਰਾ 1 ਵਜ ਗਿਆ ਤੇ ਹੁਣ ਆਪਾਂ ਗੱਡੀ ਗੁੱਡੀ ਐ ਲਾਉਣ ਲੱਗੇ ਆ ਟਿਕਾਣੇ ਤੇ ਤੇ ਹੁਣ ਡੀਜੇ ਬੰਦ ਕਰਾਏ ਆ ਗੱਡੀ ਮੈਂ ਕਿਹਾ ਅੰਦਰੇ ਬਾੜ ਲੈਨੇ ਆ ਬੱਬੂ ਹੁਣ ਲੱਗਾ ਅੰਦਰ ਗੱਡੀ ਲਾਉਣ ਕਿਉਂਕਿ ਉਹ ਡੀਜੇ ਨੇ ਗੱਡੀ ਕਰਨੀ ਸੀ ਆਪਣੀ ਚਲੋ ਉਹ ਇਧਰ ਹੋ ਜਾ ਰਾਜੀ ਥੱਲੇ ਉਹਨਾਂ ਦੇ ਚਲੋ